प्यारे बच्चों जमात 5वीं ਵਿਸ਼ਾ ਕณิต ਦੇ ਅਧਿਆਇ 6 ਮਾਪ ਵਿੱਚ ਤੁਸੀਂ ਕੱਲ ਸਮੇਂ ਦੀਆਂ ਵੱਖ-ਵੱਖ ਇਕਾਈਆਂ ਦਾ ਝੋੜ ਕਰਨਾ ਸਿੱਖਿਆ ਸੀ ਬੱਚਿਓ ਅੱਜ ਆਪਾਂ ਸਮੇਂ ਦੀਆਂ ਵੱਖ-ਵੱਖ ਇਕਾਈਆਂ ਦੀ ਘਟਾਓ ਕਰਨੀ ਸਿੱਖਾਂਗੇ ਚਲੋ ਫੇਰ ਸ਼ੁਰੂ ਕਰੀਏ ਬੱਚਿਓ ਇੱਕ বাস ਚੰਡੀਗੜ੍ਹ ਤੋਂ Shimla ਜਾਣ ਲਈ ਸਵੇਰੇ 7:30 ਮਿੰਟ ਤੇ ਚੱਲੀ ਅਤੇ ਦੁਪਹਿਰ ਤੋਂ ਪਹਿਲਾਂ 10:50 ਮਿੰਟ ਤੇ Shimla ਪਹੁੰਚ ਗਈ ਬੱਚਿਓ ਆਓ ਦੇਖੀਏ ਬਾਸਨੂ ਸ਼ਿਮਲੇ ਜਾਣ ਲਈ ਕਿੰਨਾ ਸਮਾਂ ਲੱਗਿਆ ਭਾਵ 7:30 ਤੋਂ 10:50 ਤੱਕ ਕਿੰਨੇ ਘੰਟੇ ਅਤੇ ਕਿੰਨੇ ਮਿੰਟ ਬਣੇ ਬੱਚਿਓ 7:30 ਤੋਂ 8:30 ਤੱਕ 1 ਘੰਟਾ 9:30 ਤੱਕ 2 ਘੰਟੇ ਅਤੇ 10:30 ਤੱਕ 3 ਘੰਟੇ ਪਰ ਬਾਸ 10:50 ਸ਼ਿਮਲੇ ਪਹੁੰਚੀ ਹੈ ਇਸ ਲਈ 10:30 ਤੋਂ 10:50 ਤੱਕ ਕਿੰਨੇ ਮਿੰਟ ਬਣੇ 5 ਮਿੰਟ 10 ਮਿੰਟ 15 ਮਿੰਟ ਅਤੇ 20 ਮਿੰਟ ਇਸ ਪ੍ਰਕਾਰ ਬੱਚਿਓ 10:30 ਤੋਂ 10:50 ਤੱਕ 20 ਮਿੰਟ ਬਣੇ ਜਿਮਲੇ ਤੱਕ ਬਾਸ ਨੂੰ ਪਹੁੰਚਣ ਵਿੱਚ 3 ਘੰਟੇ 20 ਮਿੰਟ ਦਾ ਸਮਾਂ ਲੱਗਿਆ ਹੁਣ ਇਸੇ ਚੀਜ਼ ਨੂੰ ਗਣਿਤਿਕ ਰੂਪ ਵਿੱਚ ਸਮਝਦੇ ਹਾਂ ਸ਼ਿਮਲੇ ਪਹੁੰਚਣ ਦਾ ਸਮਾਂ ਬਰਾਬਰ ਹੈ 10:50 ਮਿੰਟ ਦੁਪਹਿਰ ਤੋਂ ਪਹਿਲਾਂ ਚੰਡੀਗੜ੍ਹ ਤੋਂ ਚੱਲਣ ਦਾ ਸਮਾਂ ਬਰਾਬਰ ਹੈ 7:30 ਮਿੰਟ ਸਵੇਰ ਲੱਗਿਆ ਸਮਾਂ ਬਰਾਬਰ ਹੋਵੇਗਾ 10 ਘੰਟੇ 50 ਮਿੰਟ ਘਟਾਓ 7 ਘੰਟੇ 30 ਮਿੰਟ ਬੱਚਿਓ ਅਸੀਂ ਪਹਿਲਾ ਮਿੰਟ ਅਤੇ ਬਾਅਦ ਵਿੱਚ ਘੰਟੇ ਘਟਾਉਂਦੇ ਹਾਂ ਸਾਡੇ ਕੋਲ ਉੱਤਰ ਆਇਆ ਹਾਂਜੀ 3 ਘੰਟੇ 20 ਮਿੰਟ ਬੱਚਿਓ ਕगन ਸਵੇਰੇ 7:30 ਵਜੇ ਤੀਮਿੰਟ ਤੇ ਸਕੂਲ ਗਿਆ ਅਤੇ ਦੁਪਹਿਰੇ 2:45 ਵਜੇ ਤੇ ਘਰ ਆਇਆ ਘਰ ਪਹੁੰਚ ਕੇ ਮੋਬਾਈਲ ਫੋਨ ਉੱਪਰ ਸਮਾਂ ਦੇਖਿਆ ਤਾਂ 24 ਘੰਟੇ ਕલાક ਅਨੁਸਾਰ 14:45 ਹੋਏ ਸਨ ਇਸ ਪ੍ਰਕਾਰ ਬੱਚਿਓ ਕगन ਕੁੱਲ 7 ਘੰਟੇ 15 ਮਿੰਟ ਸਕੂਲ ਵਿੱਚ ਬਿਤਾਉਂਦਾ ਹੈ ਆਓ ਹੁਣ ਇਸੇ ਚੀਜ਼ ਨੂੰ ਗਣਿਤਿਕ ਰੂਪ ਵਿੱਚ ਹੱਲ ਕਰਦੇ ਹਾਂ ਸਕੂਲ ਜਾਣ ਦਾ ਸਮਾਂ ਬਰਾਬਰ ਹੈ 7:30 ਸਵੇਰ ਘਰ ਵਾਪਸ ਆਉਂਦਾ ਸਮਾਂ ਬਰਾਬਰ ਹੈ 2:45 ਦੁਪਹਿਰ ਬੱਚਿਓ ਸਭ ਤੋਂ ਪਹਿਲਾਂ ਅਸੀਂ ਇਸ ਸਮੇਂ ਨੂੰ 24 ਘੰਟੇ ਕਲਾਕ ਅਨੁਸਾਰ ਪਤਲਾਗੇ ਇਸ ਲਈ ਸਕੂਲ ਜਾਣ ਦਾ ਸਮਾਂ ਹੋਵੇਗਾ 7:30 ਅਤੇ ਵਾਪਸ ਆਉਂਦਾ ਸਮਾਂ ਹੋਵੇਗਾ 14:45 ਬੱਚਿਓ ਘਰ ਤੋਂ ਬਾਹਰ ਰਹਿਣ ਦਾ ਕੁੱਲ ਸਮਾਂ ਪਤਾ ਕਰਨ ਲਈ ਅਸੀਂ 14 ਘੰਟੇ 45 ਮਿੰਟ ਵਿੱਚੋਂ 7 ਘੰਟੇ 30 ਮਿੰਟ ਘਟਾਵਾਂਗੇ ਸਾਡੇ ਕੋਲ ਉੱਤਰ ਆਇਆ 7 ਘੰਟੇ 15 ਮਿੰਟ ਇਸ ਲਈ ਬੱਚਿਓ ਘਰ ਤੋਂ ਬਾਹਰ ਰਹਿਣ ਦਾ ਕੁੱਲ ਸਮਾਂ ਬਰਾਬਰ ਹੋਵੇਗਾ 7 ਘੰਟੇ 15 ਮਿੰਟ ਬੱਚਿਓ ਇਹ ਰੋਬਿਨ ਹੈ ਰੋਬਿਨ ਦੀ ਉਮਰ ਹੈ 11 ਸਾਲ 5 ਮਹੀਨੇ ਅਤੇ ਰੋਬਿਨ ਦੀ ਛੋਟੀ ਭੈਣ ਦੀ ਉਮਰ ਹੈ 6 ਸਾਲ 2 ਮਹੀਨੇ ਬੱਚਿਓ ਆਓ ਦੇਖੀਏ ਰੋਬਿਨ ਆਪਣੀ ਭੈਣ ਤੋਂ ਉਮਰ ਵਿੱਚ ਕਿੰਨੇ ਸਾਲ ਅਤੇ ਕਿੰਨੇ ਮਹੀਨੇ ਵੱਡਾ ਹੈ ਬੱਚਿਓ ਇਹ ਪਤਾ ਕਰਨ ਲਈ ਆਪਾਂ ਰੋਬਿਨ ਦੀ ਉਮਰ ਵਿੱਚੋਂ ਉਸ ਦੀ ਭੈਣ ਦੀ ਉਮਰ ਨੂੰ ਘਟਾਵਾਂਗੇ ਅਸੀਂ ਪਹਿਲਾਂ ਮਹੀਨੇ ਘਟਾਵਾਂਗੇ ਅਤੇ ਫਿਰ ਸਾਲ ਪਿਆਰੇ ਬੱਚਿਓ ਸਾਡੇ ਕੋਲ ਉੱਤਰ ਆਇਆ 5 ਸਾਲ 3 ਮਹੀਨੇ ਇਸ ਦਾ ਮਤਲਬ ਇਹ ਹੋਇਆ ਬੱਚਿਓ ਕਿ ਰੋਬਿਨ ਆਪਣੀ ਭੈਣ ਤੋਂ 5 ਸਾਲ 3 ਮਹੀਨੇ ਵੱਡਾ ਹੈ ਬੱਚਿਓ ਇੱਕ ਬੈਂਕ ਸਵੇਰੇ 9:30 ਤੇ ਖੁੱਲਦਾ ਹੈ ਅਤੇ ਸ਼ਾਮ ਨੂੰ 5:00 ਬੰਦ ਹੁੰਦਾ ਹੈ ਇਸ ਪ੍ਰਕਾਰ ਬੱਚਿਓ ਬੈਂਕ ਪੂਰੇ 7 ਘੰਟੇ 30 ਮਿੰਟ ਤੱਕ ਖੁੱਲ੍ਹਾ ਰਹਿੰਦਾ ਹੈ ਬੱਚਿਓ ਆਓ ਹੁਣ ਇਸੇ ਚੀਜ਼ ਨੂੰ ਗਣਿਤਿਕ ਰੂਪ ਵਿੱਚ ਸਮਝਦੇ ਹਾਂ ਬੱਚਿਓ ਬੈਂਕ ਖੁੱਲਣ ਦਾ ਸਮਾਂ ਬਰਾਬਰ ਹੈ 9:30 ਸਵੇਰ ਬੈਂਕ ਬੰਦ ਹੋਣ ਦਾ ਸਮਾਂ ਬਰਾਬਰ ਹੈ 5:00 ਸ਼ਾਮ ਬੱਚਿਓ ਹੁਣ ਅਸੀਂ ਇਸ ਸਮੇਂ ਨੂੰ ਸਭ ਤੋਂ ਪਹਿਲਾ 24 ਘੰਟੇ ਕਲਾਕ ਅਨੁਸਾਰ ਬਦਲਾਂਗੇ ਬੱਚਿਓ ਬੈਂਕ ਖੁੱਲਣ ਦਾ ਸਮਾਂ 24 ਘੰਟੇ ਕਲਾਕ ਅਨੁਸਾਰ ਹੈ 9:30 ਵਜੇ ਅਤੇ ਬੰਦ ਹੋਣ ਦਾ ਸਮਾਂ ਹੈ 17:00 ਵਜੇ ਬੈਂਕ ਖੁੱਲਣ ਦਾ ਕੁੱਲ ਸਮਾਂ ਪਤਾ ਕਰਨ ਲਈ ਅਸੀਂ 17:00 ਵਜੇ ਨੂੰ ਘੰਟੇ ਅਤੇ ਮਿੰਟਾਂ ਅਨੁਸਾਰ ਤਬਦੀਲ ਕਰਕੇ 16 ਘੰਟੇ 60 ਮਿੰਟ ਲਿਖਾਂਗੇ ਕਿਉਂਕਿ ਬੱਚਿਓ 60 ਮਿੰਟ ਬਰਾਬਰ ਹੁੰਦਾ ਹੈ 1 ਘੰਟਾ ਇਸ ਲਈ 16 ਘੰਟੇ ਅਤੇ 1 ਘੰਟਾ ਬਰਾਬਰ ਹੋਏ 17 ਬੱਚਿਓ ਹੁਣ ਅਸੀਂ 16 ਘੰਟੇ 60 ਮਿੰਟ ਵਿੱਚੋਂ 9 ਘੰਟੇ 30 ਮਿੰਟ ਘਟਾਵਾਂਗੇ ਬੱਚਿਓ ਸਾਡੇ ਕੋਲ ਉੱਤਰ ਆਇਆ 7 ਘੰਟੇ 30 ਮਿੰਟ ਇਸ ਲਈ ਬੱਚਿਓ ਬੈਂਕ ਖੁੱਲਣ ਦਾ ਕੁੱਲ ਸਮਾਂ ਬਰਾਬਰ ਹੈ 7 ਘੰਟੇ 30 ਮਿੰਟ ਬੱਚਿਓ ਅੱਜ ਦਾ ਸਵਾਲ ਹੈ 8 ਘੰਟੇ 30 ਮਿੰਟ ਵਿੱਚੋਂ 2 ਘੰਟੇ 10 ਮਿੰਟ ਘਟਾਉਣ ਤੇ ਕਿੰਨਾ ਉੱਤਰ પ્રાપ્ત ਹੋਵੇਗਾ ਪਿਆਰੇ ਬੱਚਿਓ ਆਓ 8 ਘੰਟੇ 30 ਮਿੰਟ ਵਿੱਚੋਂ 2 ਘੰਟੇ 10 ਮਿੰਟ ਘਟਾ ਕੇ ਦੇਖਦੇ ਹਾਂ ਸਾਡੇ ਕੋਲ ਉੱਤਰ ਆਇਆ 6 ਘੰਟੇ 20 ਮਿੰਟ ਇਸ ਲਈ ਸਹੀ ਉੱਤਰ ਹੈ অপਸ਼ਨ ਐਡਾ 6 ਘੰਟੇ 20 ਮਿੰਟ ਹੁਣ ਵਾਰੀ ਇਹ ਕਰਦੇ ਕੰਮ ਦੀ ਬੱਚਿਓ ਕਰਦੇ ਕੰਮ ਵਿੱਚ ਤੁਸੀਂ ਅਭਿਆਸ 6.7 ਦੇ ਪਹਿਲੇ ਸਵਾਲ ਦੇ ਸਾਰੇ ਪາກ ਚੌਥਾ ਪੰਜਵਾਂ ਅਤੇ ਛੇਵਾਂ ਸਵਾਲ ਆਪਣੀਆਂ ਕਾਪੀਆਂ ਵਿੱਚ ਹੱਲ ਕਰਨੇ ਹਨ ਪੜਦੇ ਰਹੋ ਵਰਦੇ ਰਹੋ ਧੰਨਵਾਦ